ਇਹ ਮਸਲਾ ਕੱਲੇ ਜਿਸੇ ਦੇ ਸੁਸਾਈਡ ਦਾ ਮਸਲਾ ਨਹੀਂ, ਸਗੋਂ ਦੁਨੀਆ ਭਰ ਦੇ ਵਿਦਿਆਰਥੀਆਂ ਦਾ ਸਾਂਝਾ ਮਸਲਾ। ਭਾਈ 3 ਦਿਨ ਹੋ ਗਏ ਇੱਥੇ ਬੈਠਿਆਂ ਨੂੰ, ਸਾਡੀ ਕੋਈ ਸੁਣਵਾਈ ਨਹੀਂ। ਜਿੰਨਾ ਚਿਰ ਉਹ ਵਧੀਆਂ ਹੋਈਆਂ ਫੀਸਾਂ ਦੇ ਫੈਸਲੇ ਵਾਪਸ ਨਹੀਂ ਲੈ ਲੈਂਦੇ ਤੇ ਜੱਸੇ ਨੂੰ ਇਨਸਾਫ਼ ਨਹੀਂ ਮਿਲਦਾ, ਉੱਠਦੇ ਅਸੀਂ ਵੀ ਨਹੀਂ।